ਜਿੰਦਾਬਾਦ ਜਿੰਦਾਬਾਦ ਹਾਂਜੀ ਕੋਈ ਨਹੀਂ ਕੋਈ ਨਹੀਂ ਇਹ ਜੂਨੀਅਰ ਨਾਲੇ ਆਪਣੇ ਲਈ ਰੱਖਦੇ ਆ ਸਪੈਸ਼ਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੱਚਿਆਂ ਭੈਣਾਂ ਨੂੰ ਵੀਰਾਂ ਨੂੰ ਬਜ਼ੁਰਗਾਂ ਨੂੰ ਇਹ ਮੇਰੇ ਦਮਾਲੇ ਵਾਲੇ ਜਿਹੜੇ ਨਹੰਗ ਸਿੰਘ ਮੇਰੇ ਵੀਰ ਇੱਕ ਫਤਿਹ ਇਹਨਾਂ ਨੂੰ ਮੇਰਾ ਆਉਣਾ ਕੋਈ ਇਸ ਲਈ ਨਹੀਂ ਕਿ ਮੈਂ ਸਟੇਜ ਤੋਂ ਬੋਲਾਂ ਮੈਂ ਬੇਨਤੀ ਉਹ ਕਰਦਾ ਹਾਂ ਵੀ ਸਟੇਜ ਤੇ ਬਿਠਾ ਲਓ ਬੋਲਣ ਨੂੰ ਨਾ ਹੀ ਕਹੋ ਕਿਉਂਕਿ ਬੋਲਣ ਨੂੰ ਅਸੀਂ ਬੱਤੀ ਇਕੱਠੇ ਕਰੇ ਹੋਇਆ ਤੇ ਬਾਅਦ ਚ ਇਹਨਾਂ ਨੇ ਥੋੜੇ ਜਿਹਾ ਖਿੱਚਣਾ ਵੀ ਚੱਗਿਆ ਮੈਂ ਹਰ ਵਾਰੀ ਇਹੀ ਕਹਿਣਾ ਵੀ ਬੱਤੀ ਦੀਆਂ ਬੱਤੀ ਦੀ ਇੱਕ ਕਦੋਂ ਬਣਾਉਣੀ ਹੈ ਇਹ ਵੀ ਦੱਸੋ ਨਾ ਇੱਕਾ ਇੱਕਤਾ ਸਾਰਾ ਕਰੀ ਜਾਣਾ ਹੈ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਤੁਸੀਂ ਬੱਤੀ ਕਦੋਂ ਕਜੇ ਹੋਣਾ ਕੋਈ ਹਿਸਾਬ ਜੇ ਦੇ ਦਿਓ ਮੜੇ ਸਾਨੂੰ ਕਿਉਂਕਿ ਅਸੀਂ ਉਹ ਲੈਣਾ ਹਿਸਾਬ ਸੁੱਤੋਂ ਤੋ ਹੋਰ ਤੱਕ ਬਾਕੀ ਗਾਉਂ ਵਾਲਿਆਂ ਨੇ ਬੋਲਣਾ ਨਹੀਂ ਉਹਨਾਂ ਨੇ ਗੀਸੜਾ ਕੇ ਚੱਲ ਜਾਣਾ ਮੈਂ ਤਾਂ ਗੀਤ ਵੀ ਨਹੀਂ ਸੁਣਾਣਾ ਮੈਂ ਤਾਂ ਪੁੱਛਣਾ ਹੀ ਹੈ 도ਆਬੇ ਵਾਲਿਆਂ ਦਾ ਮੰਨ ਗਏ ਇਹਨਾਂ ਦੀ ਤਾਂ ਇੱਕ ਹੋ ਜੂਗੀ ਹੌਲੀ ਹੌਲੀ ਫਿਰ ਮਾਝੇ ਵਾਲਿਆਂ ਦੀ ਬੇਨਤੀ ਕਰਾਂਗੇ ਫਿਰ ਇਹ ਵੀ ਇਹ ਵੀ ਦੇ ਇਹ ਵੀ ਬਜ਼ੁਰਗਾਂ ਨੇ ਵੀ ਹੱਥ ਖੜਾ ਕਰਤਾ ਮਾਲਵੇ ਵਾਲਿਆਂ ਚਲੋ ਮਾਲਵੇ ਤਾਂ ਮੈਂ ਵੀ ਆਏ ਜਾਣਾ ਹਾਂ ਇਹ ਵੀ ਲੈ ਲਾਂਗੇ ਨਾਲ ਇਹ ਵੀ ਸੋ ਮੈਨੂੰ ਲੱਗਦਾ ਇਹ ਵੀ ਆਪਾਂ ਨੇ ਕੰਮ ਕਰਨਾ ਚਲੋ ਹੁਣ ਤਾਂ ਥੋੜਾ ਜਿਹਾ ਸਿਰੜ ਦਾ ਲੱਗਿਆ ਹੋਇਆ ਸਾਡੀ ਆਪਣੀ ਬਾਜ਼ੀ ਲੱਗੀ ਹੋਈ ਹੈ ਆਪਾਂ ਸਾਰੇ ਜੁੜੇ ਹੋਇਆ ਮੈਨੂੰ ਸਪੀਚ ਵਿੱਚ ਵੈਸੇ ਲੱਛੇਦਾਰ ਕਰਨੀ ਵੀ ਨਹੀਂ ਆਉਂਦੀ ਨਾ ਡਰਾਮਾ ਜਿਹਾ ਆਉਂਦਾ ਉਹ ਜਿੰਨੀਆਂ ਗੱਲਾਂ ਜਿ ਆਈਆਂ ਠੀਕ ਹੈ ਫਿਰ ਮੈਂ ਰੱਖ ਦੇਣਾ ਮਾਈਕ ਉਹ ਪ੍ਰਧਾਨ ਮੰਤਰੀ ਜਿਹੜੇ ਮਿਸਟਰ ਪ੍ਰਾਈਮ ਮਿਨਿਸਟਰ ਆ ਉਹ ਸਾਡੇ ਪਿੱਛੇ ਜੇ ਇੱਕ ਟੈਕਸੀ 'ਚ ਕਹਿੰਦੇ ਸਵਾਰ ਹੋ ਕੇ ਗਏ ਆ ਤੁਸੀਂ ਫਿਕਰ ਨਾ ਕਰੋ ਇੱਥੇ ਵੀ ਟੈਕਸੀ ਚ ਆਊਗਾ ਤੁਸੀਂ ਬਿਆਓ Ola Uber ਜਿਹੜੀ ਉਹਨਾਂ ਨੂੰ ਪਸੰਦ ਹੈ ਜਿਹੜਾ ਨਾਂ ਅੱਛਾ ਲੱਗਦਾ ਉਹਦੇ ਚ ਆ ਜਾਣਾ ਤੇ ਬਾਕੀ ਨਾਲ ਨਾਂ ਵੀ ਆਉਣ ਕਰ ਲਈ ਆ ਜਾਣਾ ਅਸੀਂ ਉਹਨਾਂ ਨੂੰ ਲੰਗਰ ਛਕਾਵਾਂਗੇ ਔਰ ਦਾੜੀ ਤਾਂ ਰੱਖੀ ਲਈ ਪੱਗ ਵੀ ਬਣਾ ਦਾਂਗੇ ਕੋਈ ਗੱਲ ਨਹੀਂ ਸਵਾਸਿਕਾਲ ਮਸਲਾ ਇਹ ਨਹੀਂ ਬਈ ਕਦੇ ਨਹੀਂ ਸੋਚਣਾ ਮੈਂ ਤੁਹਾਨੂੰ ਹਰ ਵਾਰੀ ਇਹੀ ਬੇਨਤੀ ਕਰਦਾ ਬਈ ਬੰਦੇ ਘਟ ਗਏ ਬੰਦੇ ਬੰਦਿਆਂ ਨੇ ਫਸਲ ਵੀ ਵਿਜੜਣੀ ਹੈ ਆਪਣੀ ਗਾਂ ਕਣਕ ਵੀ ਵਿਜੜਣੀ ਹੈ ਤੇ ਆਹ ਫਸਲ ਵੀ ਵਿਜੜਣੀ ਆਪਾਂ ਨੇ ਮੋਰਚਾ ਲਾ ਲਿਆ ਮੋਰਚਾ ਲੱਗ ਗਿਆ ਉਹ ਫੌਜੀ ਬੈਰਕਾਂ ਚ ਘੁੰਮਣ ਜਿੱਥੇ ਮਰਜੀ ਜਾਣੋ ਜਦੋਂ ਲੋੜ ਪੋਗੀ ਫੇਰ ਆ ਜਾਣਗੇ ਸੋ ਇਹ ਸਰਕਾਰ ਆ ਜਿਹੜੇ ਸਰਕਾਰੀ ਇਹਦਾ ਆ ਦੋ ਨੰਬਰ ਮੀਡੀਆ ਜਿਹੜਾ ਇਹ ਬੜੀਆਂ ਖਬਰਾਂ ਲਾਉਂਦੇ ਆ ਮਤਲਬ ਮੈਂ ਹੈਰਾਨ ਆ ਵੀ ਸਾਡੇ 700 ਬੰਦਿਆਂ ਦੀ 700 ਤੋਂ ਵੀ ਜ਼ਿਆਦਾ ਸਾਡੇ ਬਜ਼ੁਰਗਾਂ ਨੌਜਵਾਨਾਂ ਦੀ ਜਾਣ ਗਈ ਹੈ ਜਿਹੜੇ ਸ਼ਹੀਦ ਹੋਏ ਸਾਡੇ ਉਹਨਾਂ ਦੀ ਖਬਰ ਨਹੀਂ ਚਲਾਈ ਸ਼ਰੋਖਾਨ ਦੇ ਜਵਾਕ ਨੇ ਪਾਇਆ ਕੁਕੀਨ ਚੱਕ ਲਈ ਉਹਦੇ ਹੀ ਚੀਕਾ ਮਰੀ ਜਨੇ ਸ਼ਰੋਖਾਨ ਦਾ ਮੰਗਲਾ ਦਿਖਾਈ ਜਨੇ ਹੈ ਮੂਰਖ ਜੇ ਰੋਟੀ ਉਹ ਨਾ ਰਹੀ ਤੁਸੀਂ ਕੀ ਕਰੋਗੇ ਜੇ ਕਾਰਪੋਰੇਟਾਂ ਦੇ ਵਸ ਪੈ ਗਏ ਨਾ ਇਹ ਹੈਲੀਕਾਪਟਰ ਚ ਪੈਕਟ ਸਿੱਟਿਆ ਕਰਨੇ ਉਹਨਾਂ ਨੇ ਫੂਡ ਦੇ ਫਿਰ ਫੋਨ ਕਰਕੇ ਪੁੱਛੀ ਜਾਇਆ ਕਰਿਓ ਵੀ ਅਸੀਂ ਤਾਂ 10 ਚੱਕ ਲੈ ਸਾਡਾ ਤਾਂ ਹੁਣ 2 ਦਿਨ ਦਾ ਫੂਡ ਆ ਗਿਆ ਤੇ ਤੁਸੀਂ ਦੱਸੋ ਤੁਹਾਡਾ ਕੀ ਬਣਿਆ ਕਿਸਾਨਾਂ ਨੇ ਤਾਂ ਫਸਲ ਬੀਜ ਕੇ ਰੋਟੀ ਖਾ ਲੈਣੀ ਹੈ ਮਸਲਾ ਸਾਡਾ ਨਹੀਂ ਮਸਲਾ ਜਿਹੜੇ ਛੋਟੇ ਦੁਕਾਨਦਾਰ ਸ਼ਹਿਰਾਂ 'ਚ ਬੈਠੇ ਆਂ ਮਸਲਾ ਉਹਨਾਂ ਦਾ ਵੀ ਹੈ ਅਜੇ ਉਹ ਅਜੇ ਜਾਗਰੂਕ ਨਹੀਂ ਹੋਏ ਅਜੇ ਤਾਂ ਨਰੋਲ ਕਿਸਾਨੀਓ ਧੜਕ ਰਹੀ ਹੈ ਬਾਕੀ ਉਹ ਜਿਹਦੇ ਕੋਲ ਜ਼ਿਆਦਾ ਪਿੰਡਾਂ ਵਾਲੇ ਸੌਦਾ ਸੂਦਾ ਲੈਣੇ ਉਹ ਉਹ ਨਾਰਾ ਜਾਂ ਲਾ ਦਿੰਦਾ ਜੇ ਦਬਵਾ ਜਾ ਪਰ ਗੁਪਤੀ ਵੋਟ ਵੀ ਬਾਪੂ ਆਉਂਦਾ ਦੂਜੇ ਪਾਸੇ ਔਰ ਕਈ ਬੰਦੇ ਸੋਚਦੇ ਆਂ ਕਿਸਾਨ ਅੰਦੋਲਨ ਨੇ ਕੀ ਇਹਨੇ ਬਹੁਤ ਕੁਝ ਦੇ ਦਿੱਤਾ ਅੱਧਾ ਪਿੰਡ ਵੋਟਾਂ ਪਾਉਣ ਨੂੰ ਪੱਪਾ ਭਾਰ ਹੋਇਆ ਵਾ ਹੁੰਦਾ ਪਰ ਪੰਜ ਗੱਬਰੂ ਡੱਕ ਲੈਣਿਆ ਗੱਡੀਆਂ ਕਾਫਲਾ ਮੰਤਰੀਆਂ ਦਾ ਉਹ ਕਾਹਤੇ ਉਹ ਐਸੇ ਕਰਕੇ ਕਿ ਇੱਥੋਂ ਸਾਨੂੰ ਫੇਰ ਇੱਕ ਸੇਧ ਮਿਲੀ ਹੈ ਕਿ ਅਸੀਂ ਡਟ ਸਕਦੇ ਆ ਔਰ ਜਿਹੜੇ ਸੱਜਣ ਵੋਟਾਂ ਪਾਉਣ ਲਈ ਕਾਲੇ ਆ ਮਤਲਬ ਕਿੰਨੇ ਕਾਲੇ ਦੱਸਾਂ ਮੈਂ ਕਈ ਵਾਰੀ ਤਾਂ ਆਪਦੇ ਪਿੰਡ ਨੂੰ ਦੇਖ ਕੇ ਪਰੇਸ਼ਾਨ ਹੋ ਜਾਂਦਾ ਉਹ ਪਾਰਟੀ ਬਾਜੀ ਛੱਡਦੇ ਨਹੀਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਪਹਿਲਾਂ ਅੰਦੋਲਨ ਜਿੱਤ ਲਿਓ ਫਿਰ ਜੀ ਨੂੰ ਚਿੱਤ ਕਰਿਆ ਪਾ ਦਿਓ ਔਰ ਜਿਹੜਾ ਪਹਿਲਾਂ ਸਾਡੇ ਬਾਈ ਜੀ ਪਹਿਲਾਂ ਬੋਲਿਆ ਜਿਨ੍ਹਾਂ ਨੇ ਕਿ ਇੱਥੋਂ ਇੱਕ ਪ੍ਰੋਗਰਾਮ ਉਸ ਤਰ੍ਹਾਂ ਨਾਲ ਦਿੱਤਾ ਜਾਵੇ ਕਿ ਲੋਕਾਂ 'ਚ ਸ਼ਸ਼ੋ ਪੰਜ ਨਾ ਰਹੇ ਕਿ ਬੋਟਾਲੇ ਪਾਸੇ ਨੂੰ ਤੁਰਨਾ ਹੈ ਕਿ ਨਹੀਂ ਤੁਰਨਾ ਜੇ ਤੁਰਨਾ ਹੈ ਜਾਂ ਸਵਾਲ ਕਰਨੇ ਤਾਂ ਕਿਸ ਤਰ੍ਹਾਂ ਦੇ ਸਵਾਲ ਹੋਣ ਉਸ ਤਰ੍ਹਾਂ ਦੇ ਸਵਾਲ ਬਣਾ ਕੇ ਸਾਰੇ ਪਿੰਡਾਂ 'ਚ ਪਹੁੰਚਾਏ ਜਾਣ ਬਾਕੀ ਅੰਦੋਲਨ ਤਾਂ ਜਿੱਤਿਆ ਜਿਤਾਇਆ ਬਸ ਉਹੀ ਜਿਵੇਂ ਕਹਿੰਦੇ ਕਈ ਵਾਰੀ ਬੰਦਾ ਢੜ ਦੀ ਉਮਰ ਰਿਹਾਰਡ ਕਰਨ ਲੱਗ ਜਾਂਦਾ ਰਿਹਾਰਡ ਕਰੀ ਜਾਂਦਾ ਕੁੜੀ ਮੰਨਿਆ ਤਾਂ ਹੋਇਆ ਹੀ ਐ ਨੇੜੇ ਜਿਹਾ ਕੰਮ ਆ ਕੀ ਸੀ ਹੋ ਗਈ ਹੁਣ ਇੱਥੇ ਹਿਮਾਚਲ ਵਾਲੇ ਉਹਦੇ ਚ ਵੋਟਾਂ 'ਚ ਆ ਹਰਿਆਣੇ ਜੀ ਵੀ ਗਿਆ ਪੰਜਾਬ 'ਚ ਤਾਂ ਪੈਰ ਕਦੇ ਵੀ ਨਹੀਂ ਲੱਗੇ ਤੇ ਆਉਣ ਵਾਲੀ ਸਦੀ 'ਚ ਵੀ ਨਹੀਂ ਲੱਗਣ ਦੇਣਗੇ ਗਾਂ ਸਾਡੀਆਂ ਜਨਰੇਸ਼ਨਾਂ 'ਵਿ ਲੱਗਣ ਦੇਣਗੀਆਂ ਸੋ ਇਹ ਤਾਂ ਹਾਰੇ ਹਾਰਿਆ ਹਾਰਿਆ ਹੋਇਆ ਖਿਡਾਰੀ ਐ ਬਸ ਆਪ ਦੀ ਜ਼ਿੱਦ ਨਹੀਂ ਛੱਡਦਾ ਜਿੰਨਾ ਚਿਰ ਉਹਦੇ ਕੋਲ ਕੁਰਸੀ ਤੇ ਪਾਵਰ ਐ ਉਹਨਾਂ ਚਿਰ ਮਰਮਰਜ਼ੀ ਕਰਦਾ ਔਰ ਇਤਿਹਾਸ ਗਵਾਹ ਐ ਕਿ ਹੰਕਾਰੀ ਲੋਕਾਂ ਦਾ ਵजूद ਖਤਮ ਹੋ ਜਾਂਦਾ ਸੋ ਇਹਨਾਂ ਦਾ ਵੀ ਖਤਮ ਹੀ ਹੋ ਜਾਣਾ ਹੈ ਪਰਮਾਤਮਾ ਕਰੇ ਇਹ ਆਪਾਂ ਮਿਲੇ ਰਹੀਏ ਜੁੜੇ ਰਹੀਏ ਏਕਤਾ ਦਾ ਪ੍ਰਤੀਕ ਬਣੇ ਰਹੇ ਮਜ਼ਦੂਰ ਭਰਾਵਾਂ ਨੂੰ ਨਾਲ ਜੋੜੀ ਰੱਖੀਏ ਔਰ ਹਰਿਆਣੇ ਵਾਲਿਆਂ ਨੂੰ ਇੱਕ ਵਾਰੀ ਫੇਰ ਵਧਾਈ ਇੱਕ ਤਾੜੀ ਜ਼ੋਰਦਾਰ ਹਰਿਆਣੇ ਵਾਲੇ ਵੀਰਾਂ ਦੇ ਨਾਂ ਤੇ ਮਾਰਦੀ ਹੈ ਬੜੇ ਚਿਰਾਂ ਬਾਅਦ ਆਪਣੀ ਜਿਹੜੀ ਸਾਂਝ ਦੁਬਾਰਾ ਪਈ ਹੈ ਔਰ ਇੱਕ ਬੇਨਤੀ ਹੈ ਵੀ ਜਿਹੜੇ ਫੇਸਬੁੱਕ ਹੀ ਐ ਇਹ ਹਰ ਗੱਲ ਦੀਆਂ ਦੋ ਧਾਰਾਵਾਂ ਬਣਾ ਕੇ ਲੜਾਈ ਨਾ ਸ਼ੁਰੂ ਕਰਦਿਆ ਕਰੋ ਜੇ ਤੁਸੀਂ ਅੰਦੋਲਨ ਜਾਂ ਇਹਦੀ ਇਹਦੀ ਕੋਈ ਸਪੋਰਟ ਨਹੀਂ ਕਰ ਸਕਦੇ ਤਾਂ ਆਪਾਂ ਇਹਦੇ ਬਾਰੇ ਮਾੜਾ ਬਣਾ ਬੋਲੋ ਆਪਾਂ ਚ ਰਲ ਕੇ ਰਹੋ ਔਰ ਕੋਸ਼ਿਸ਼ ਕਰੋ ਕਿ ਸਮਾਜ ਨੂੰ ਜੋੜੀਏ ਅੱਜ ਬਿਖਰੇ ਹੋਏ ਆ ਸਾਰੇ ਹਰ ਬੰਦਾ ਆਪਣੇ ਹਿਸਾਬ ਨਾਲ ਚੱਲਦਾ ਹੈ ਕਿਸਾਨਾਂ ਕੇ ਸਨ ਉਤਾਰ ਨਮਾਇੰਦੇ ਅੱਗੇ ਸਾਨੂੰ ਲਾਉਣੇ ਪੈਣਗੇ ਤਾਂ ਹੀ ਕੋਈ ਸੇਧ ਬਣੂਗੀ ਸੋ ਇਸ ਅੰਦੋਲਨ ਦੀ ਇਹ ਪ੍ਰਾਪਤੀ ਹੈ ਕਿ ਦੂਰ ਤੱਕ ਇਹਦੀ ਧਮ ਹੈ ਅੱਜ ਪੂਰੇ ਭਾਰਤ ਦਾ ਕਿਸਾਨ ਇਕੱਠੇ ਹੋ ਗਏ ਉਹ ਜ਼ਰੂਰੀ ਨਹੀਂ ਕਿ ਉਹ ਇੱਥੇ ਆ ਸਕਣ ਪਰ ਉਹ ਸਾਰੇ ਨਾਲ ਹੈ ਸੋ ਇਹ ਜਿਹੜੀ ਦੀਵਾਲੀ ਹੈ ਜਿਹੜੇ ਨਹੀਂ ਆਏ ਉਹਨਾਂ ਵੱਲੋਂ ਵੀ ਆਪਾਂ ਸਾਰੇ ਰਲ ਕੇ ਉਹਨਾਂ ਦੀ ਹਾਜ਼ਰੀ ਲਵਾ ਰਹੇ ਹਾਂ ਔਰ ਸਾਰਿਆਂ ਨੂੰ ਇਹ ਵੀ ਬੇਨਤੀ ਹੈ ਕਿ ਤੁਸੀਂ ਆਪਦੇ ਕੰਮ ਨਿਬੜ ਕੇ ਵਾਪਸ ਆਓ ਛੇਤੀ ਛੇਤੀ ਤੇ ਵਾਰੀਆਂ ਬਣ ਕੇ ਬੈਠੀਏ ਅੰਦੋਲਨ ਜਿੰਨਾ ਮਰਜ਼ੀ ਚੱਲੇ ਆਪਾਂ ਜਿੱਤ ਕੇ ਜਾਣਾ ਬਸ ਇਹ ਹੀ ਸਾਡੀ ਕਾੰਕਸ਼ਾ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰ ਪੰਜਾਬ ਤੇ ਪੰਜਾਬੀਅਤ ਤੇ ਮਸ਼ਹੂਰ ਗਾਇਕ ਬੱਬੂ ਮਾਨ ਜੀ ਜਿਨ੍ਹਾਂ ਨੇ ਆਪ ਜਿੱਤੇ ਦੇ